ਸ਼੍ਰੀਕਾਲ ਸਾਰਿਆਂ ਨੂੰ, ਮੇਰਾ ਨਾਮ ਹਰਮਨ ਹੈਗਾ ਅਤੇ ਅੱਜ ਆਪਾਂ ਗੱਲ ਕਰਾਂਗੇ ਟਰੈਵਲ ਹਿਸਟਰੀ ਬਾਰੇ। ਅਤੇ ਆਪਾਂ ਗੱਲ ਕਰਾਂਗੇ ਟਰੈਵਲ ਹਿਸਟਰੀ ਸਾਨੂੰ ਕਿਵੇਂ ਬਣਾਉਣੀ ਚਾਹੀਦੀ ਹੈ ਅਤੇ ਟਰੈਵਲ ਹਿਸਟਰੀ ਕਿਉਂ ਇੰਪੋਰਟੈਂਟ ਹੈ। ਅਗਰ ਤੁਸੀਂ ਵੱਡੀ ਕੰਟਰੀ ਵਿੱਚ ਅਗਰ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਵੀ ਵੀਜ਼ਾ ਅਪਲਾਈ ਕਰ ਰਹੇ ਹੋ, ਟਰੈਵਲ ਹਿਸਟਰੀ ਬਹੁਤ ਇੰਪੋਰਟੈਂਟ ਹੁੰਦੀ ਹੈ। ਉਹ ਸਾਡਾ ਇੱਕ ਸਟੇਟਸ ਅਪਰੂਵ ਕਰਦੀ ਹੈ ਕਿ ਆਪਾਂ ਕਿੰਨੇ ਕੁ ਟਰੈਵਲਰ ਹਾਂ, ਆਪਾਂ ਜਿਸ ਕੰਟਰੀ ਵੱਡੀ ਕੰਟਰੀ ਵਿੱਚ ਐਂਟਰ ਕਰ ਰਹੇ ਹਾਂ, ਆਪਾਂ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ। ਟਰੈਵਲ ਹਿਸਟਰੀ ਕੁਛ ਅੱਜ ਦੇ ਟਾਈਮ 'ਤੇ ਕੁਛ ਨੀ ਅਬਾਊਟ 99% ਇੰਡੀਅਨਸ ਜਦੋਂ ਟਰੈਵਲ ਹਿਸਟਰੀ ਬਣਾਉਂਦੇ ਨੇ, ਉਹ ਵਨ ਟਾਈਮ ਹੀ 6 to 7 ਕੰਟਰੀਆਂ ਘੁੰਮ ਕੇ ਆਉਂਦੇ ਨੇ। ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਕੰਬੋਡੀਆ, ਵੀਤਨਾਮ, ਇੰਡੋਨੇਸ਼ੀਆ, 6 ਕੰਟਰੀ ਇੱਦਾਂ ਘੁੰਮ ਕੇ ਆਉਂਦੇ ਨੇ ਜਿਵੇਂ 15 ਦਿਨ ਅਤੇ 20 ਦਿਨ 'ਤੇ ਉਹ ਸਭ ਕੁਝ ਹੀ ਦੇਖ ਲੈਂਦੇ ਨੇ। ਇਸ ਅ ਨੈਗਟਿਵ ਪੁਆਇੰਟ ਹੈ, ਬਹੁਤ ਹੀ ਘੱਟ ਚਾਂਸ ਹੁੰਦਾ ਕਿ ਨੈਕਸਟ ਟਾਈਮ ਕੋਈ ਵੱਡੀ ਕੰਟਰੀ 'ਤੇ ਵੀਜ਼ਾ ਮਿਲਣਾ ਈਜ਼ੀ ਹੋ ਜਾਏ। ਐਜ਼ ਏ ਤੁਸੀਂ ਟੂਰਿਸਟ ਜਾਓਗੇ ਇੱਕ ਕੰਟਰੀ, ਵਨ ਟਾਈਮ ਹੀ ਤੁਸੀਂ 3 to 4 ਦਿਨ ਘੁੰਮ ਸਕਦੇ ਹੋ, 5 ਦਿਨ ਘੁੰਮ ਸਕਦੇ ਹੋ, ਤੁਸੀਂ ਤਾਂ ਵੀ 5 ਦਿਨ 'ਤੇ ਕੰਪਲੀਟ ਕੰਟਰੀ ਨਹੀਂ ਇੱਕ ਦੇਖ ਸਕਦੇ। ਪਰ ਆਪਾਂ 10 to 15 ਦਿਨ ਦੇ ਅੰਦਰ 6-7 ਕੰਟਰੀਆਂ ਦੀ ਟ੍ਰਿਪ ਲਗਾ ਕੇ ਆ ਜਾਂਦੇ ਹਾਂ। ਆਪਾਂ ਸੋਚਦੇ ਹਾਂ ਕਿ ਯਾਰ ਸਾਡੀ ਟਰੈਵਲ ਹਿਸਟਰੀ ਵਧੀਆ ਹੋ ਗਈ ਆ, ਸਾਡੇ ਪਾਸਪੋਰਟ 'ਤੇ ਸਟੈਂਪਾਂ ਲੱਗ ਗਈਆਂ, ਆਪਾਂ ਇਹ ਸ਼ੋਅ ਕਰਾਂਗੇ। ਜਸਟ ਥਿੰਕ ਅਬਾਊਟ ਕਿ 90% ਅਗਰ ਇੰਡੀਅਨਸ ਕੋਈ ਵੀ ਵੱਡੀ ਕੰਟਰੀ 'ਤੇ ਵੀਜ਼ਾ ਅਪਲਾਈ ਕਰਦੇ ਨੇ, ਉਹਨਾਂ ਦੀ 5 ਸਟੈਂਪਾਂ ਤਾਂ ਆਲਰੇਡੀ ਹੋਣਗੀਆਂ। ਨੀਅਰ ਅਬਾਊਟ 20%, 30%, 40% ਅਗਰ ਪੀਪਲ ਸੇਮ ਪ੍ਰੋਸੈਸ 'ਤੇ ਜਾਂਦੇ ਨੇ, ਅਤੇ ਜੋ ਵੀਜ਼ਾ ਆਫਿਸਰ ਆ ਉਹ ਵੇਖੇਗਾ ਯਾਰ ਇਸਨੇ ਤਾਂ ਸਿਰਫ ਬਾਹਰ ਜਾਣ ਵਾਸਤੇ ਹੀ ਟਰੈਵਲ ਹਿਸਟਰੀ ਬਣਾ ਰਿਹਾ, ਅਤੇ ਉਹ ਚੀਜ਼ ਬਹੁਤ ਮਾਇਨੇ ਰੱਖਦੀ ਹੈ। ਆਪਾਂ ਏਜੰਟਾਂ ਦੀ ਗੱਲਾਂ 'ਤੇ ਆ ਕੇ, ਆਪਾਂ ਕਿਸੇ ਦੀ ਗੱਲਾਂ 'ਤੇ ਆ ਕੇ ਜਸਟ ਵਨ ਟਾਈਮ ਹੀ 6-6, 7-7 ਕੰਟਰੀਆਂ ਘੁੰਮ ਕੇ ਆ ਜਾਂਦੇ ਹਾਂ, ਅਤੇ ਸਾਨੂੰ ਲੱਗਦਾ ਕਿ ਯਾਰ ਸਾਡਾ ਵੀਜ਼ਾ ਬਹੁਤ ਸਟਰੋਂਗ ਹੋ ਗਿਆ, ਅਸੀਂ ਹੁਣ ਵੱਡੀ ਕੋਈ ਵੀ ਕੰਟਰੀ 'ਤੇ ਅਪਲਾਈ ਕਰ ਸਕਦੇ ਹਾਂ ਜਿਸ ਦੇ ਰਿਲੇਟਿਡ ਉਹਨਾਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਹਨ। ਕਿਉਂਕਿ ਮੇਰੇ ਕੋਲ ਵੀ ਕਾਫੀ ਕੇਸ ਆਏ ਹੈਗੇ ਨੇ ਸੇਮ ਰਿਲੇਟਿਡ ਦਿਸ ਵਨ, ਕਿ ਅੱਜ ਕੱਲ੍ਹ ਸੈਕਿੰਡ ਜਿਹੜਾ ਸਟੈਪ ਹੈ ਕਿ ਆਪਾਂ ਬਾਹਰ ਜਾਣ ਦਾ ਚਾਅ ਰੱਖਦੇ ਹਾਂ, ਬਟ ਆਪਾਂ ਨਾ ਹੀ ਰਿਟਰਨ ਫਾਈਲ ਕਰਦੇ ਹਾਂ, ਨਾ ਹੀ ਆਪਣੇ ਅਕਾਊਂਟ ਮੇਨਟੇਨ ਕਰਦੇ ਹਾਂ। ਜਦ ਵੀ ਵੱਡੀ ਕੰਟਰੀ 'ਤੇ ਐਂਟਰੀ ਮਾਰਨੀ ਹੈ, ਆਪਾਂ ਕਿਸੇ ਕੋਲ 4-5 ਲੱਖ ਰੁਪਇਆ ਲੈ ਕੇ ਵਿੱਚ ਪਾ ਦਿੰਦੇ ਹਾਂ, ਕਿ ਅਸੀਂ ਸੋਚਦੇ ਹਾਂ ਕਿ ਯਾਰ ਅਸੀਂ 4-5 ਲੱਖ ਵਿੱਚ ਪਾ ਦਿੱਤਾ, ਕਿ ਉਹ ਸੋਚੇਗਾ ਅੰਬੈਸੀ ਵਾਲਾ ਕੌਂਸੂਲੇਟ ਸੋਚੇਗਾ ਕਿ ਇਸ ਕੋਲ 4-5 ਲੱਖ ਰੁਪਇਆ ਹੈ। ਦੈਟਸ ਅ ਨੈਗਟਿਵ ਪੁਆਇੰਟ ਹੈ। ਅਗਰ ਤੁਸੀਂ ਬਾਹਰ ਜਾਣ ਦਾ ਇੱਛੁਕ ਹੋ, ਬਾਹਰ ਜਾਣਾ ਚਾਹੁੰਦੇ ਹੋ, ਤਾਂ ਜਸਟ ਟਰਾਈ ਕਰੋ, ਆਪਣੇ ਅਕਾਊਂਟ ਨੂੰ ਮੇਨਟੇਨ ਰੱਖੋ, ਆਪਣੀ ਰਿਟਰਨ ਫਾਈਲ ਕਰੋ, ਆਪਣੇ ਕਾਗਜ਼ਾਤ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਵਧੀਆ ਤਰੀਕੇ ਨਾਲ ਬਣਾਓ। ਮੇਨ ਈਅਰ ਅਬਾਊਟ 15-20 ਕੰਟਰੀ ਆਫ ਟਰੈਵਲ ਆ, ਮੇਰੇ 2 ਪਾਸਪੋਰਟ ਹਨ, ਦੋਨੋਂ ਟਰੈਵਲ ਹਨ। ਮੇਰਾ ਫਸਟ ਪਾਸਪੋਰਟ ਹੈ, ਉਹਦੇ ਵਿੱਚ 9 ਸਾਲ ਦਾ ਆਸਟ੍ਰੇਲੀਆ ਦਾ ਵੀਜ਼ਾ, ਅਤੇ ਜਿਹੜਾ ਸਟਿਕਰ ਵੀਜ਼ਾ ਸੀ, ਦੈਟਸ ਆਸਟ੍ਰੇਲੀਆ ਵੀਜ਼ਾ, ਸਟਿਕਰ ਵੀਜ਼ਾ। ਮੈਂ 9 ਸਾਲ ਆਸਟ੍ਰੇਲੀਆ ਲਗਾਏ ਦੇਣ, ਉਸ ਤੋਂ ਬਾਅਦ ਮੈਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਕੰਬੋਡੀਆ, ਰਸ਼ੀਆ, ਦੈਟਸ ਮੇਰੀ ਲਾਸਟ ਟ੍ਰਿਪ ਹੈ। ਇਸ ਲਾਸਟ ਟ੍ਰਿਪ ਹੈ ਮੇਰੀ ਸਾਊਥ ਕੋਰੀਆ ਦੀ, ਜਿਹੜਾ ਵੀਜ਼ਾ ਜਸਟ ਮੈਂ 8,000 'ਤੇ ਗੈਟ ਕੀਤਾ। ਇਸ 8,000 ਨੋਟ ਏ ਬਿਗ ਮਨੀ, ਏਜੰਟ 9-10 ਲੱਖ ਚਾਰਜ ਕਰ ਰਹੇ ਹਨ। ਮੈਂ ਸਾਰੇ ਆਪਣੇ ਡਾਕੂਮੈਂਟ ਲਗਾਏ ਸਨ, ਸਾਰੇ ਮੇਰੇ ਆਪਣੇ ਡਾਕੂਮੈਂਟ ਹਨ, ਕੁਛ ਵੀ ਨਹੀਂ ਹੈ, ਕੁਛ ਵੀ ਮੈਂ ਜ਼ਿਆਦਾ ਨਹੀਂ ਲਗਾਇਆ। ਜਸਟ ਇਹ ਨੋਰਮਲ ਮੈਂ ਆਪਣੇ ਆਪ ਨੂੰ ਮੇਨਟੇਨ ਕਰ ਰਿਹਾ, ਆਪਣੇ ਰਿਟਰਨਸ ਮੇਨਟੇਨ ਕਰ ਰਿਹਾ। ਆਪਾਂ ਜੇ 15-20 ਹਜ਼ਾਰ ਰੁਪਇਆ ਰਿਟਰਨ ਟੈਕਸੇਸ਼ਨ ਨੂੰ ਦੇ ਵੀ ਦਈਏ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਬਟ ਉਹ 15-20 ਹਜ਼ਾਰ ਰੁਪਇਆ ਸਾਨੂੰ ਬਹੁਤ ਲੈਵਲ 'ਤੇ ਲੈ ਕੇ ਜਾ ਸਕਦਾ। ਅਤੇ ਇਹੀ ਮੈਂ ਕਹਾਂਗਾ ਕਿ ਟਰੈਵਲ ਹਿਸਟਰੀ ਬਣਾਓ, ਬਹੁਤ ਜ਼ਰੂਰੀ ਹੈ, ਬਟ ਟਰੈਵਲ ਹਿਸਟਰੀ ਇੱਕ ਲੈਵਲ ਦੀ ਲੈ ਕੇ ਚੱਲੋ, ਪ੍ਰੋਪਰ ਤਰੀਕੇ ਨਾਲ ਲੈ ਕੇ ਚੱਲੋ, ਕਿ ਕੱਲ੍ਹ ਤੁਹਾਨੂੰ ਵੱਡੀ ਕੰਟਰੀ 'ਤੇ ਜਾਣ ਨੂੰ ਕੋਈ ਨਾ ਰੋਕ ਸਕੇ। ਇਹ ਨਹੀਂ ਕਿ ਹਰ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ, ਬਹੁਤ ਵੀਜ਼ੇ ਆਉਂਦੇ ਵੀ ਹਨ, ਬਟ ਜਸਟ ਵੇਸਟ ਆਫ ਮਨੀ ਹੈ ਕਿ ਤੁਸੀਂ ਵਨ ਟਾਈਮ ਹੀ 7-8 ਕੰਟਰੀਆਂ ਘੁੰਮ ਕੇ ਆ ਜਾਓ। ਬਹੁਤ ਹੀ ਰੇਅਰ ਚਾਂਸ ਹੋਏਗਾ ਕਿ ਤੁਹਾਨੂੰ ਨੈਕਸਟ ਕੰਟਰੀ ਦਾ ਵੀਜ਼ਾ ਮਿਲੇਗਾ, ਅਤੇ ਬੈਟਰ ਹੈ ਕਿ ਵਨ ਟਾਈਮ ਐਜ ਏ ਵਨ ਟ੍ਰਿਪ ਕਰੋ, ਚਾਹੇ 1 ਮੰਥ ਹੀ ਕਰੋ, 2 ਮੰਥ ਦੀ ਕਰੋ, 3 ਮੰਥ ਹੀ ਕਰੋ, ਆਪਣੇ ਅਕਾਊਂਟ ਮੇਨਟੇਨ ਰੱਖੋ, ਆਪਣੇ ਰਿਟਰਨ ਫਾਈਲ ਕਰੋ ਪ੍ਰੋਪਰ, ਆਪਣਾ ਬਿਜ਼ਨਸ ਪਰੂਫ ਸ਼ੋਅ ਕਰੋ। ਬੈਟਰ ਕੀ ਹੈ ਤੁਸੀਂ ਏਜੰਟ ਨੂੰ 8-10 ਲੱਖ ਰੁਪਇਆ ਦੇ ਕੇ ਸਾਊਥ ਕੋਰੀਆ ਜਾਂ ਹੋਰ ਕੰਟਰੀਆਂ 'ਤੇ ਜਾਣਾ ਚਾਹੋਗੇ, ਕਿ ਅਗਰ ਤੁਸੀਂ ਸਭ ਕੁਝ ਮੇਨਟੇਨ ਰੱਖੋਗੇ, ਨੀਅਰ ਅਬਾਊਟ 4-5 ਲੱਖ ਰੁਪਇਆ ਤੁਹਾਡੇ, ਅਗਰ ਤੁਸੀਂ ਕੰਟਰੀਆਂ ਸਾਰੀ ਘੁੰਮ ਕੇ ਵੀ ਆਪਣੀ ਜਿਹੜੀ ਫਾਈਨਲ ਡੈਸਟੀਨੇਸ਼ਨ 'ਤੇ ਅਗਰ ਤੁਸੀਂ ਪਹੁੰਚ ਜਾਓ, ਨੀਅਰ ਅਬਾਊਟ 5-6 ਲੱਖ ਤੱਕ ਤੁਸੀਂ ਪਹੁੰਚ ਜਾਓਗੇ ਅਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਚੱਲੋ। ਅਗਰ ਤੁਸੀਂ ਏਜੰਟਾਂ ਕੋਲ ਜਾ ਕੇ ਪੈਸਾ ਵੇਸਟ ਕਰਨਾ ਚਾਹੁੰਦੇ ਹੋ, ਯੂ ਕੈਨ ਗੋ, ਦੈਟਸ ਯੂਅਰ ਚਾਈਸ ਹੈ ਯਾਰ। ਹਰ ਕੋਈ ਬੰਦਾ ਸੌਖਾ ਨਹੀਂ ਹੈਗਾ, ਹਰ ਬੰਦੇ ਕੋਲ ਪੈਸਾ ਨਹੀਂ ਹੈ ਕਿ ਉਹ ਜੋ ਸੋਚੇ ਕਿ ਅਸੀਂ ਯਾਰ
कंट्रियाँ घूम घूम के उत्थे पहुँचांगे। कुछ कुछ दी सोच है कि यार चलो 10 पैसे एक्स्ट्रा लग जाए कि आपां फाइनल डेस्टिनेशन ते पहुँच जाइए। जिहड़े मेरे वीर ट्रैवलिंग करन दे शौक रखदे ने ते बस ओह यही करन कि अपने अकाउंट मेनटेन रखन, अपनी प्रॉपर रिटर्न मेनटेन रखन, ते स्टैप बाई कंट्री चूज करी चलो। ईजीली यू विल गैट द वीज़ा फॉर ऑल कंट्री। थैंक यू।